ਨਿਆਇਕ ਹਿਰਾਸਤ ਵਿੱਚ ਸਿਮਰਜੀਤ ਸਿੰਘ ਬੈਂਸ ਅਦਾਲਤ ਨੇ 15 ਸਾਥੀਆਂ ਸਮੇਤ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਲੁਧਿਆਣਾ ਵਿੱਚ ਕੱਲ੍ਹ ਰੋਸ ਮੁਜ਼ਾਹਰੇ ਤੋਂ ਬਾਅਦ ਕੀਤਾ ਗਿਆ ਸੀ ਗ੍ਰਿਫਤਾਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਬਲੈਕਆਊਟ ਮੁੱਦੇ ਤੇ ਐਸਐਲ ਗਰੁੱਪ ਦੇ ਚੇਅਰਮੈਨ ਡਾਕਟਰ ਸੁਭਾਸ਼ ਚੰਦਰਾ ਨੇ ਟਵੀਟ ਕਰਕੇ ਜਤਾਈ ਆਪਣੀ ਨਾਰਾਜ਼ਗੀ 6 ਦਿਨਾਂ ਤੋਂ ਨਿੱਜੀ ਕੇਬਲ ਨੈਟਵਰਕ ਵੱਲੋਂ ਪੰਜਾਬ 'ਚ ਬਲੈਕਆਊਟ ਕੀਤਾ ਗਿਆ ਚੈਨਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ 'ਚ ਕੇਬਲ ਤੇ ਬਲੈਕਆਊਟ ਕਰਨ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੀ ਹੋਈ ਲਾਮਬੰਦ ਸੂਬਾ ਸਰਕਾਰ ਨੂੰ ਦਿੱਤੀ 48 ਘੰਟਿਆਂ ਦੀ ਚੇਤਾਵਨੀ ਚੈਨਲ ਸ਼ੁਰੂ ਨਾ ਹੋਣ ਤੇ ਸੂਬੇ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ ਆਮ ਆਦਮੀ ਪਾਰਟੀ ਵੱਲੋਂ ਜੁਲਾਈ ਵਿੱਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਦਾ ਦਾਅਵਾ ਐਮਪੀ ਭਗਵੰਤ ਮਾਨ ਨੇ ਕਿਹਾ ਮਈ ਦੇ ਅਖੀਰ ਤੱਕ ਸ਼ੁਰੂ ਹੋ ਜਾਏਗੀ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਪੰਜਾਬ ਹਰਿਆਣਾ ਹਾਈਕੋਰਟ ਦੀ ਸਖ਼ਤੀ ਦਾ ਅਸਰ ਚੰਡੀਗੜ੍ਹ ਏਅਰਪੋਰਟ ਤੋਂ ਕੌਮਾਂਤਰੀ ਹਵਾਈ ਉਡਾਣ ਲਈ ਇੰਡੀਗੋ ਤੇ ਏਅਰ ਇੰਡੀਆ ਨੇ ਜਿਤਾਈ ਸਹਿਮਤੀ 24 ਮਈ ਤੱਕ ਅਦਾਲਤ ਵਿੱਚ ਦੇਣਗੇ ਟਾਈਮ ਟੇਬਲ ਪਟਿਆਲਾ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਚੜ੍ਹੇ ਟਾਵਰ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੀ ਗ੍ਰਿਫਤਾਰੀ ਦਾ ਵਿਰੋਧ ਸਰਕਾਰ ਖਿਲਾਫ਼ ਜਤਾਈ ਨਾਰਾਜ਼ਗੀ ਲੁਧਿਆਣਾ ਵਿੱਚ ਬੇਖੌਫ ਹੋਏ ਬਦਮਾਸ਼ ਖੁੱਲ੍ਹੇਆਮ ਹੋ ਰਹੀ ਹੈ ਕਾਰੋਬਾਰੀਆਂ ਦੀ ਮਾਰਕੁੱਟ ਪਿਛਲੇ 3 ਦਿਨਾਂ ਵਿੱਚ ਸਾਹਮਣੇ ਆਈਆਂ ਦਬੰਗਈ ਦੀਆਂ 3 ਸੀਸੀਟੀਵੀ ਦੀਆਂ ਤਸਵੀਰਾਂ ਫਿਰੋਜ਼ਪੁਰ 'ਚ ਨਹਿਰ ਦੇ ਨਹਾਉਣ ਦੌਰਾਨ 4 ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌਤ ਨਹਿਰ 'ਚੋਂ ਬਰਾਮਦ ਹੋਈਆਂ ਨੌਜਵਾਨਾਂ ਦੀਆਂ ਲਾਸ਼ਾਂ